कथा बंदा भी महाराज को बैठ के कीर्तन कर सकता है। पर कथा जी है ये संगत के नाल साझी करनी पैंदी है। इत्थे दो जाने चाहिए हैं, जे दो भी जुड़े होण गुरु के प्यार वाले तो संगत बन जाती है। महाराज ने कहा एक सिख दो सास पंजी परमेश्वर, जे कि पंज हो जाण तो वाहेगुरु आप ही हाजिर हो जाए। सो गुरबाणी की विचार भी उन्नी ही जरूरी है जिन्ना कीर्तन। दोहां विचों हर एक की अपनी सुरती के अनुसार मन की अवस्था के अनुसार आनंद आता है। किसी नूं कीर्तन विचों ज़्यादा आनंद आता है, किसी नूं कथा विचों आनंद आता है, तो किसी किसी नूं दोहां विचों ही आनंद आता है। जे दोहां विचों आनंद आवे करदिआं होइआं सुणदिआं होइआं तां इस तों बारे कोई होर गल नहीं है। सो दोनां नूं ही सुखदाई क्या है, सुख देण वाले हन, जुड़ना है दोनां दे राहीं ही गुरु परमेश्वर नाल जुड़िआ जा सकदा है। सोही राग दे विच चौथे पातशाह गुरु रामदास जी दा पावन शब्द ਆਪਾਂ ਸਰਵਣ ਕੀਤਾ ਹੈ, ਜੋ ਅੱਜ ਦੇ ਦਿਨ ਲਈ ਇਸ ਅਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ। ਅੰਤਰ ਵਸਿਆ ਸਮਝਣ ਵਾਲੀ ਗੱਲ ਹੈ, ਇਹਦਾ ਮਤਲਬ ਕਿ ਅੰਤਰ ਨਹੀਂ ਵਸਿਆ ਹੈ ਜਿਸਦੇ, ਉਹ ਰੋਗੀ ਹੈ। ਜਿਸਦੇ ਅੰਦਰ ਵਸ ਗਿਆ ਹੈ ਉਹ ਅਰੋਗ ਹੋ ਗਿਆ, ਰੋਗਾਂ ਤੋਂ ਮੁਕਤ ਹੋ ਗਿਆ। ਸਾਰੀ ਖੇਡ ਹੀ ਗੁਰਮਤਿ ਦੀ ਇਹ ਹੈ ਕਿ ਆਪਣੇ ਅੰਦਰ ਉਸਨੂੰ ਵਸਾਉਣਾ ਹੈ। ਸਾਧਨ ਕੀਰਤਨ ਕਥਾ ਹੈ, ਗੁਰਬਾਣੀ ਦਾ ਪਾਠ ਵੀ ਇਸ ਵਿੱਚ ਮਦਦ ਕਰਦਾ ਹੈ। ਪਰ ਗੁਰਬਾਣੀ ਦੇ ਪਾਠ ਨਾਲੋਂ ਕੀਰਤਨ ਅਤੇ ਕਥਾ ਛੇਤੀ ਇਕਾਗਰਤਾ ਬਖਸ਼ਦੇ ਹਨ। ਜੇ ਸੰਗਤ ਵਿੱਚ ਮਿਲ ਕੇ ਕੀਤਾ ਜਾਵੇ ਸਾਰਾ ਕੁਛ ਤਾਂ ਹੋਰ ਵੀ ਆਨੰਦਦਾਇਕ ਬਣ ਜਾਂਦਾ ਹੈ। ਜੇ ਅੰਦਰ ਨਹੀਂ ਵਸਿਆ ਹੈ ਤਾਂ ਹੀ ਰੋਗੀ ਹਨ। ਮਹਾਰਾਜ ਨੇ ਕਿਹਾ ਜੋ ਜੋ ਦੀਸੈ ਸੋ ਸੋ ਰੋਗੀ। ਕਿਸੇ ਪਾਸੇ ਧਿਆਨ ਮਾਰ ਲਓ, ਹਰ ਇੱਕ ਕਿਸੇ ਨਾ ਕਿਸੇ ਰੋਗ ਵਿੱਚ ਗ੍ਰਸਤ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਕੇਵਲ ਗੁਰੂ ਹੈ ਜਿਹੜਾ ਰੋਗਾਂ ਤੋਂ ਮੁਕਤ ਹੈ, ਜੋ ਰੋਗਾਂ ਨੂੰ ਦੂਰ ਕਰਨ ਵਾਲਾ ਹੈ। ਮਹਾਰਾਜ ਦਾ ਵਚਨ ਹੈ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ। ਜਿਸਨੇ ਵੀ ਭਾਵਨਾ ਦੇ ਨਾਲ ਪੂਰੇ ਗੁਰੂ ਨੂੰ ਆਰਾਧਿਆ ਹੈ ਉਸਨੂੰ ਹਰ ਤਰ੍ਹਾਂ ਦੇ ਰੋਗਾਂ ਤੋਂ ਗੁਰੂ ਮਹਾਰਾਜ ਨੇ ਮੁਕਤ ਕੀਤਾ ਹੈ। ਇਤਿਹਾਸ ਵਿੱਚ ਇਸ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦੀਪਾਲਪੁਰ ਦੇ ਵਿੱਚ ਗੁਰੂ ਮਹਾਰਾਜ ਦੇ ਵਚਨਾਂ ਦੇ ਨਾਲ, ਗੁਰੂ ਸ਼ਬਦ ਦੇ ਨਾਲ ਇੱਕ ਕੋੜ ਦਾ ਰੋਗੀ ਰਾਜੀ ਹੋਇਆ, ਤੰਦਰੁਸਤ ਹੋਇਆ। ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿੱਚ ਵੀ ਆਉਂਦਾ ਹੈ ਕਿ ਇੱਕ ਕੁਸ਼ਟ ਦਾ ਰੋਗ, ਕਿਉਂਕਿ ਉਸ ਵੇਲੇ ਕੁਸ਼ਟ ਰੋਗੀ ਜਿਵੇਂ ਕਰੋਨਾ ਆਇਆ ਹੁਣ ਇਸਦਾ ਕੋਈ ਇਲਾਜ ਨਹੀਂ ਸੀ, ਔਰ ਜਿਸ ਨੂੰ ਇੱਕ ਵਾਰੀ ਹੋ ਗਿਆ ਉਸਦੀ ਮੌਤ। ਇਸੇ ਤਰ੍ਹਾਂ ਹੀ ਇਹ ਰੋਗ ਅਜਿਹੇ ਸਨ, ਇਹਨਾਂ ਦਾ ਕੋਈ ਇਲਾਜ ਨਹੀਂ ਸੀ ਉਸ ਵੇਲੇ, ਹੁਣ ਬਹੁਤ ਇਲਾਜ ਹੈ। ਜਿਸ ਨੂੰ ਇਹ ਰੋਗ ਹੋ ਜਾਂਦਾ ਛੋਟੀ ਬਿਮਾਰੀ ਸੀ, ਅਨੇਕਾਂ ਮੁੜ ਉਸਦੇ ਨੇੜੇ ਲੱਗਣ ਵਾਲੇ ਬਿਮਾਰ ਹੋ ਜਾਂਦੇ, ਉਹੀ ਰੋਗੀ ਰੋਗ ਉਹਨਾਂ ਲੱਗ ਜਾਂਦਾ ਸੀ। ਇਸ ਕਰਕੇ ਅਜਿਹਿਆਂ ਤੋਂ ਜਿਵੇਂ ਕਰੋਨਾ ਤੋਂ ਸਾਰੇ ਡਰਦੇ ਸਨ, ਦੂਜੇ ਦੇ ਨੇੜੇ ਨਹੀਂ ਸਨ ਲੱਗਦੇ, ਬਿਲਕੁਲ ਇਸੇ ਤਰ੍ਹਾਂ ਦਾ ਇਹ ਰੋਗ ਹੈ। ਗੁਰੂ ਅਮਰਦਾਸ ਜੀ ਦੇ ਦਰਦੇ ਉੱਤੇ ਗੋਇੰਦਵਾਲ ਸਾਹਿਬ ਆਇਆ, ਬੜਾ ਪ੍ਰਭਾਵ ਪੁਸ਼ਕਲਾ ਰੋਗੀ ਸੀ, ਉਹਨੂੰ ਪਤਾ ਸੀ ਜੇ ਮੈਂ ਅੰਦਰ ਗਿਆ ਸਾਰੇ ਮੈਨੂੰ ਰੋਕਣਗੇ, ਬੁਰਾ ਭਲਾ ਕਹਿਣਗੇ। ਇਸ ਕਰਕੇ ਬਾਹਰ ਹੀ ਵਿਹੜੀ ਦੇ ਵਿੱਚ
ਜਿੱਥੋਂ ਦੀ ਸੰਗਤਾਂ ਲੰਘ ਕੇ ਜਾਂਦੀਆਂ ਸਨ ਉੱਥੇ ਬੈਠ ਗਿਆ। ਔਰ ਇੱਕ ਸ਼ਬਦ ਉਹਦੇ ਮੂੰਹੋਂ ਨਿਕਲ ਰਿਹਾ ਸੀ, ਗਇਆ ਛੋਟਾ ਲਾਦਾ, ਗਇਆ ਛੋਟਾ ਲਾਦਾ, ਇਹ ਬੋਲੀ ਜਾਂਦਾ ਸੀ। ਕਿਸੇ ਨੂੰ ਸਮਝ ਨਹੀਂ ਸੀ ਕਿ ਇਸਦਾ ਅਰਥ ਕੀ ਹੈ, ਨਾ ਹੀ ਕਿਸੇ ਨੇ ਉਸਨੂੰ ਪੁੱਛਿਆ। ਕੋੜਦਾ ਰੋਗੀ ਹੋਣ ਕਰਕੇ ਨੇੜੇ ਨਹੀਂ ਸੀ ਕੋਈ ਜਾਂਦਾ। ਕਾਫੀ ਸਮਾਂ ਲੰਘ ਗਿਆ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਕ ਕੋੜਦਾ ਰੋਗੀ ਡਿਉੜੀ ਦੇ ਵਿੱਚ ਵਿਖਾ ਹੈ ਔਰ ਕਈ ਮਹੀਨੇ ਉਸਨੂੰ ਹੋ ਗਏ ਹਨ, ਉਹ ਇੱਕੋ ਹੀ ਸ਼ਬਦ ਕਹਿੰਦਾ ਹੈ, ਗਇਆ ਛੋਟਾ ਲਾਦਾ। ਪਤਾ ਨਹੀਂ ਉਸਦਾ ਅਰਥ ਕੀ ਹੈ। ਇਹ ਸੰਤਾਂ ਵੀ ਹੈਰਾਨ ਹਨ, ਇਹ ਕੀ ਖੇਡ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿ ਉਹ ਇਹ ਕਹਿ ਰਿਹਾ ਹੈ ਕਿ ਜਿਹੜੀ ਚੀਜ਼ ਮੇਰੇ ਕੋਲੋਂ ਖੁੱਸ ਗਈ ਸੀ ਉਹ ਮੈਨੂੰ ਮਿਲ ਗਈ ਹੈ। ਲਾਦਾ ਦਾ ਮਤਲਬ ਹੁੰਦਾ ਹੈ ਲੱਭ ਗਈ ਹੈ, ਉਹ ਲੱਭ ਗਈ ਹੈ। ਖੁੱਸਿਆ ਕੀ ਹੀ ਪਰਮੇਸ਼ਵਰ, ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਦੇਵ। ਉਹ ਖੁੱਸ ਗਿਆ ਸੀ ਪਰਮੇਸ਼ਵਰ, ਇਸ ਕਰਕੇ ਰੋਗੀ ਸੀ ਤੇ ਉਹਨੂੰ ਦਿਸ ਪਿਆ ਕਿ ਇਸ ਥਾਂ ਤੋਂ ਮੇਰਾ ਭਲਾ ਹੋ ਸਕਦਾ ਹੈ, ਹੋਰ ਕੋਈ ਟਿਕਾਣਾ ਨਹੀਂ ਹੈ। ਮਹਾਰਾਜ ਨੇ ਗੁਰਸਿੱਖਾਂ ਨੂੰ ਭੇਜਿਆ, ਕਹਿਣ ਲੱਗੇ ਵਹਿਮ ਨਾ ਕਰੋ, ਜਾਓ ਉਸਨੂੰ ਸਾਡੇ ਕੋਲ ਲੈ ਕੇ ਆਓ। ਲਿਆਂਦਾ ਔਰ ਉਸਦਾ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਾਇਆ। ਇਸ਼ਨਾਨ ਤੋਂ ਬਾਅਦ ਉਹ ਬਿਲਕੁਲ ਨਿਰੋਗ ਹੋ ਗਿਆ। ਕੁਝ ਹੀ ਦਿਨਾਂ ਵਿੱਚ ਉਸਦੇ ਜ਼ਖਮ ਸੁੱਕ ਗਏ ਔਰ ਬਿਲਕੁਲ ਨਿਰੋਗ ਹੋ ਗਿਆ। ਇਹ ਦੂਸਰੀ ਘਟਨਾ ਹੈ ਗੁਰੂ ਇਤਿਹਾਸ ਦੇ ਵਿੱਚ। ਤੀਸਰੀ ਘਟਨਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੇਲੇ, ਜਦੋਂ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ। ਰਾਮ ਰਾਏ ਨੇ ਸ਼ਿਕਾਇਤ ਕੀਤੀ ਸੀ ਕਿ ਮੈਂ ਵੱਡਾ ਹਾਂ, ਗੁਰੂ ਹਰ ਰਾਏ ਸਾਹਿਬ ਜੀ ਦਾ ਵੱਡਾ ਪੁੱਤਰ ਹਾਂ, ਉਹ ਤਾਂ ਬਿਲਕੁਲ ਬਾਲਕ ਹਨ, 5 ਸਾਲ ਦੇ ਹਨ, ਗੁਰਗੱਦੀ 'ਤੇ ਮੇਰਾ ਹੱਕ ਸੀ, ਪਰ ਉਹ ਪਤਾ ਨਹੀਂ ਕਿਉਂ ਅਜਿਹਾ ਹੋਇਆ ਹੈ, ਕਿਉਂ ਉਸਨੂੰ ਗੱਦੀ ਦਿੱਤੀ ਹੈ, ਉਹ ਤਾਂ ਸੰਤਾਂ ਨੂੰ ਯੋਗ ਅਗਵਾਈ ਵੀ ਨਹੀਂ ਦੇ ਸਕਦੇ। ਔਰੰਗਜ਼ੇਬ ਨੇ ਇਸ ਕਰਕੇ ਬੁਲਾਇਆ ਸੀ। ਮਹਾਰਾਜ ਨੇ ਜਾਣ ਤੋਂ ਇਨਕਾਰ ਕੀਤਾ। ਫਿਰ ਰਾਜਾ ਜੈ ਸਿੰਘ ਮਿਰਜ਼ਾ, ਜਿੱਥੇ ਬੰਗਲਾ ਸਾਹਿਬ ਗੁਰਦੁਆਰਾ ਹੈ ਦਿੱਲੀ ਦੇ ਵਿੱਚ, ਇਹ ਮਿਰਜ਼ਾ ਜੈ ਸਿੰਘ ਰਾਜਪੂਤ ਰਾਜਾ ਸੀ, ਇਹ ਵਫ਼ਾਦਾਰ ਸੀਗਾ ਉਸਦਾ ਔਰੰਗਜ਼ੇਬ ਦਾ। ਇਸ ਨੂੰ ਉਸਨੇ ਕਿਹਾ ਕਿ ਤੂੰ ਕਿਸੇ ਤਰੀਕੇ ਨਾਲ ਬੁਲਾ, ਤੇਰੀ ਗੁਰੂ ਘਰ ਦੇ ਵਿੱਚ ਸ਼ਰਧਾ ਹੈ, ਤੇਰੀ ਗੱਲ ਮੰਨ ਜਾਂਦੇ। ਫਿਰ ਉਸਨੇ ਆਪਣੇ ਬੰਦੇ ਭੇਜ ਕੇ ਸੱਦਿਆ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਗਏ ਤਾਂ ਬਹੁਤ ਸੰਤਾਂ ਦੇ ਵਿੱਚ ਉਤਸ਼ਾਹ ਸੀ। ਦਿੱਲੀ ਵਿੱਚ ਸਿੱਖੀ ਤਾਂ ਪਹਿਲਾਂ ਹੀ ਸੀ, ਗੁਰੂ ਨਾਨਕ ਪਾਤਸ਼ਾਹ ਵੀ ਗਏ ਉੱਥੇ, ਹੋਰ ਗੁਰੂ ਮਹਾਰਾਜ ਵੀ ਗਏ ਉੱਥੇ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗਏ ਸਨ। ਸੋ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਸਾਰੇ ਹੀ ਆਏ, ਕੁਝ ਉਹ ਲੋਕ ਵੀ ਆਏ ਜਿਹੜੇ ਕਹਿੰਦੇ ਸਨ ਬਾਲਕ ਗੁਰੂ ਬਣ ਗਿਆ ਹੈ, ਗੁਰੂ ਨਾਨਕ ਦੀ ਗੱਦੀ ਦਿੱਤੇ ਬੈਠਾ ਹੈ, ਬਹੁਤ ਸ਼ੌਕੀ ਹੁੰਦਾ ਹੈ, ਇਹ ਵੀ ਵੇਖਣ ਵਾਸਤੇ ਆਇਆ ਸੀ। ਉਸ ਵੇਲੇ ਜਿਸ ਰੱਥ ਦੇ ਵਿੱਚ ਲਿਜਾ ਰਹੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਉਸ ਰੱਥ ਦੇ ਅੱਗੇ ਆ ਕੇ ਕੁਸ਼ਕ ਦਾ ਰੋਗੀ ਇੱਕ ਬੈਠ ਗਿਆ। ਪਹਿਰੇਦਾਰਾਂ ਨੇ ਉਸਨੂੰ ਪਾਸੇ ਕਰਨ ਦਾ ਯਤਨ ਕੀਤਾ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਕਿ ਨਹੀਂ, ਕੋਈ ਗੱਲ ਨਹੀਂ, ਰਹਿਣ ਦਿਓ, ਤੁਸੀਂ ਕੁਛ ਨਾ ਕਹੋ। ਆਪ ਮਹਾਰਾਜ ਰੱਥ ਤੋਂ ਉਤਰ ਕੇ ਆਏ, ਉਸ 'ਤੇ ਐਸੀ ਮਿਹਰ ਦੀ ਦ੍ਰਿਸ਼ਟੀ ਕੀਤੀ ਔਰ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਹੀ ਉਸਦਾ ਕੁਛ ਦਾ ਰੋਗ ਦੂਰ ਕੀਤਾ। ਇਹ ਤਾਂ ਹੀ ਗੁਰਦਸ ਦਸਮ ਪਾਤਸ਼ਾਹ ਨੇ ਬਚਨ ਕੀਤਾ ਵਿਚਿੱਤਰ ਨਾਟਕ ਵਿੱਚ, ਜਿਹੜੀ ਆਪਾਂ ਪੜ੍ਹਦੇ ਹਾਂ ਨਾ ਵਿਚਿੱਤਰ ਨਾਟਕ ਵਿੱਚ ਨਹੀਂ ਹੈ, ਇਹ ਵਾਰ ਸ਼੍ਰੀ ਭਗਵਤੀ ਜੀ ਕੀ ਹੈ ਜਿਹੜੀ ਉਸਦੇ ਵਿੱਚ ਹੈ, ਸ੍ਰੀ ਹਰਕ੍ਰਿਸ਼ਨ ਤਿਆਰੀ ਹੈ
ਜਿਸ ਕਹਿ ਇਹ ਇੱਥੋਂ ਗੱਲ ਪ੍ਰਚਲਿਤ ਹੋਈ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਵੱਡੇ ਤੋਂ ਵੱਡੇ ਰੋਗ ਦੂਰ ਹੋ ਜਾਂਦੇ ਹਨ। ਸੋ ਮਹਾਰਾਜ ਨੇ ਜੋ ਸਾਧਨ ਦੱਸਿਆ ਹੈ ਸੰਸਾਰ ਰੋਗੀ ਨਾਮ ਦਾ, ਸੰਸਾਰ ਰੋਗੀ ਹੈ ਪਰ ਇਹ ਨਹੀਂ ਹੈ ਕਿ ਇਸ ਦੀ ਕੋਈ ਦਵਾਈ ਨਹੀਂ ਹੈ, ਦਵਾਈ ਹੈ ਉਹ ਨਾਮ ਹੈ। ਮੈਲ ਲਾ ਕੇ ਸਾਜਣਾ, ਜਿਵੇਂ ਜਿਵੇਂ ਇਨਸਾਨ ਰੱਬ ਨੂੰ ਭੁੱਲਦਾ ਜਾਂਦਾ ਹੈ ਤਿਵੇਂ ਤਿਵੇਂ ਉਸਦਾ ਮਨ ਮੈੜਾ ਹੁੰਦਾ ਜਾਂਦਾ ਹੈ ਅਤੇ ਮੈੜਾ ਮਨ ਹੀ ਰੋਗੀ ਹੋ ਜਾਂਦਾ ਹੈ, ਮੈੜਾ ਮਨ ਹੀ ਰੋਗੀ ਹੁੰਦਾ ਹੈ। ਰੋਗ ਕੇਵਲ ਸਰੀਰਕ ਹੀ ਨਹੀਂ, ਰੋਗ ਮਾਨਸਿਕ ਵੀ ਹਨ, ਆਤਮਕ ਵੀ ਹਨ। ਇਸ ਕਰਕੇ ਇਹਨਾਂ ਨੂੰ ਆਦੀ ਵਿਆਦੀ ਅਤੇ ਉਪਾਧੀ ਕਿਹਾ ਹੈ, ਤਿੰਨ ਰੋਗ ਕਹਿ ਤਿੰਨੇ ਤਾਪ ਨਿਵਾਰਨਾ, ਗੁਰੂ ਤਿੰਨਾਂ ਨੂੰ ਹੀ ਨਿਵਾਰ ਦਿੰਦਾ ਹੈ, ਤਿੰਨਾਂ ਤੋਂ ਹੀ ਮੁਕਤ ਕਰ ਦਿੰਦਾ ਹੈ। ਸੋ ਮਾਰ ਕਹਿੰਦੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੱਸ ਰਹੇ ਹਨ ਵਾਹਿਗੁਰੂ ਵੱਸ ਗਿਆ, ਉਹਨਾਂ ਦੇ ਸਾਰੇ ਰੋਗ ਦੂਰ ਹੋ ਗਏ ਅਤੇ ਮੁਕਤ ਭਏ। ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤਰ ਪਰਮ ਪਦ ਪਾਏ। ਅਗਲੀ ਗੱਲ ਮਾਰੇ ਕਹਿੰਦੇ ਕਿ ਜਿਹੜੇ ਜੁੜ ਗਏ ਗੁਰੂ ਦੇ ਬਚਨਾਂ ਨੂੰ ਮੰਨ ਕੇ ਨਾਮ ਦੇ ਨਾਲ, ਇੱਕ ਤਾਂ ਹੈ ਦੇਖੋ ਉਹ ਦੁੱਖ ਹੈ, ਤਕਲੀਫ ਹੈ, ਸਰੀਰਕ ਰੋਗ ਹੈ ਤਾਂ ਆਪਾਂ ਗੁਰੂ ਦੇ ਚਰਨਾਂ ਚ ਆ ਕੇ ਅਰਦਾਸ ਕਰਦੇ ਹਾਂ, ਗੁਰੂ ਮਹਾਰਾਜ ਸਾਨੂੰ ਹੁਕਮਨਾਮਾ ਬਖਸ਼ਦੇ ਹਨ, ਜੇ ਉਸੇ ਦੇ ਅਨੁਸਾਰ ਹੀ ਚੱਲਣ ਲੱਗ ਪਈਏ ਤਾਂ ਸਾਡਾ ਭਲਾ ਹੋ ਸਕਦਾ ਹੈ, ਉਸੇ ਨੇ ਮੰਨ ਲਈਏ। ਸੋ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਇਹ ਗੱਲ ਸਮਝ ਆ ਗਈ ਜਿਨ੍ਹਾਂ ਨੂੰ ਕਿ ਜੇ ਵਾਹਿਗੁਰੂ ਵਾਹਿਗੁਰੂ ਕਰੀਏ, ਪਰਮੇਸ਼ੁਰ ਦਾ ਨਾਮ ਜਪੀਏ ਤਾਂ ਰੋਗਾਂ ਤੋਂ ਮੁਕਤ ਹੋ ਜਾਂਦਾ, ਮਾਰੇ ਕਿਤੇ ਸਭ ਰੋਗ ਆਏ ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਰੋਗ ਖਤਮ ਹੋ ਜਾਂਦੇ ਹਨ। ਅਤੇ ਲੱਗ ਗਏ, ਲੱਗੇ ਰਹੇ ਜਿਹੜੇ ਲੱਗੇ ਰਹੇ ਉਹ ਰੋਗ ਤਾਂ ਮੁਕਤ ਹੋ ਗਏ, ਜਿਹੜੇ ਅੱਕ ਗਏ ਕਿ ਅਜੇ ਰੋਗ ਜਾਂਦਾ ਹੀ ਨਹੀਂ ਖਾ ਅਸੀਂ ਇੰਨਾ ਚਿਰ ਹੋ ਗਿਆ ਹੈ ਉਹ ਰਹਿ ਗਏ। ਜਿਹੜੇ ਸਹਿਜ ਵਿੱਚ ਲੱਗੇ ਰਹੇ ਉਹ ਮੁਕਤ ਹੋ ਗਏ, ਉਸ ਰੋਗ ਤੋਂ ਮੁਕਤ ਹੋ ਗਏ। ਇਹ ਰੋਗੇ ਉਹ ਰੋਗ ਹੀ ਨਹੀਂ, ਸੰਸਾਰ ਕਾਰਜ ਜਿੰਨੇ ਵੀ ਸਾਡੇ ਹਨ ਇਹਨਾਂ ਵਾਸਤੇ ਵੀ ਆਪਾਂ ਸੰਸਾਰ ਵਿੱਚ ਇੱਥੇ ਗੁਰੂ ਦੇ ਦਰ 'ਤੇ ਆਉਂਦੇ ਹਾਂ ਔਰ ਗੁਰੂ ਦੇ ਦਰ 'ਤੇ ਅਰਦਾਸਾਂ ਕਰਦੇ ਹਾਂ ਕਿ ਮਹਾਰਾਜ ਸਾਡੇ ਦੀ ਕਿਰਪਾ ਕਰੋ, ਸਾਡਾ ਕਾਰਜ ਸਿੱਧ ਹੋ ਜਾਵੇ। ਅਜਿਹੀ ਭਾਵਨਾ ਵਾਲੇ ਗੁਰਸਿੱਖਾਂ ਦੀ ਵੀ ਜੇ ਉਹ ਗੁਰੂ ਦੀ ਗੱਲ ਮੰਨ ਕੇ ਇਸ ਪਾਸੇ ਲੱਗ ਜਾਣ ਤਾਂ ਇਹ ਭਾਵਨਾ ਅਵਸ਼ ਪੂਰੀ ਹੁੰਦੀ ਹੈ, ਕੋਈ ਸੰਸਾਰ ਨਹੀਂ ਹੈ, ਬਿਲਕੁਲ ਪੂਰੀ ਹੁੰਦੀ ਹੈ। ਪਰ ਇਸ ਤੋਂ ਅਗਲੀ ਗੱਲ ਕੀ ਹੈ, ਇਹ ਤਾਂ ਹੋ ਗਿਆ ਕੇਵਲ ਆਪਣੇ ਕਾਰਜ ਸਵਾਰਨਾ, ਸਾਡਾ ਮਨੋਰਥ ਹੈ ਕਿ ਅਸੀਂ ਰੋਗ ਤੋਂ ਮੁਕਤ ਹੋ ਜਾਈਏ, ਸਾਡਾ ਕਾਰਜ ਸਿੱਧ ਹੋ ਜਾਵੇ, ਸਾਨੂੰ ਆਹ ਚੀਜ਼ ਮਿਲ ਜਾਵੇ। ਇਹ ਤਾਂ ਕਿਸੇ ਮਨੋਰਥ ਵਾਸਤੇ ਅਸੀਂ ਗੁਰੂ ਗੁਰੂ ਕਰਦੇ ਰਹੇ, ਵਾਹਿਗੁਰੂ ਵਾਹਿਗੁਰੂ ਕਰਦੇ ਰਹੇ, ਗੁਰੂ ਦੇ ਦਰ 'ਤੇ ਆਉਂਦੇ ਰਹੇ। ਜਿਹੜੇ ਮਨੋਰਥ ਤੋਂ ਉੱਚੇ ਉੱਠ ਹੁੰਦੇ ਹਨ ਸਤਸੰਗ ਕਰਦਿਆਂ ਕਰਦਿਆਂ, ਜਿਹਨਾਂ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਗੱਲਾਂ ਤਾਂ ਜਿਹੜੀਆਂ ਹਨ ਇਹ ਛੋਟੀਆਂ ਹਨ, ਕਿਉਂ ਨਾ ਗੁਰੂ ਦੀ ਗੱਲ ਮੰਨ ਕੇ ਹਰ ਵੇਲੇ ਹੀ ਨਾਮ ਧਿਆਉਂਦੇ ਰਹੀਏ। ਜਿਹੜੇ ਹਰ ਵੇਲੇ ਹੀ ਲੱਗ ਗਏ ਇਸ ਪਾਸੇ ਨੂੰ, ਮਾਰ ਕਹਿੰਦੇ ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤਰ ਪਰਮ ਪਦ ਪਾਏ। ਉਹ ਰੋਗਾਂ ਤੋਂ ਹੀ ਕੇਵਲ ਮੁਕਤ ਨਹੀਂ ਹੋਏ, ਉਹ ਇੱਕ ਹਉਮੈ ਦਾ ਦੀਰਘ ਰੋਗ ਹੈ ਉਸ ਤੋਂ ਵੀ ਮੁਕਤ ਹੋਇਆ। ਜਿਹੜੇ ਹਉਮੈ ਸਾਰੇ ਰੋਗਾਂ ਦੀ ਮਾਂ ਹੈ, ਪਹਿਲਾਂ ਮੈਂ ਉਲਝਦੀ ਹੈ, ਇਨਸਾਨ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਹੈ, ਜੋ ਮੈਂ ਕਰ ਰਿਹਾ ਉਹ ਹੀ ਠੀਕ ਹੈ, ਕਿਸੇ ਦੀ ਗੱਲ ਨਹੀਂ ਮੰਨਦਾ ਹੈ। ਇਸ ਮੈਂ ਦੇ ਕਾਰਨ ਹੀ ਉਸਦਾ ਮਾਨਸਿਕ ਜਿਹੜਾ ਸੰਤੁਲਨ ਹੈ ਵਿਗੜ ਜਾਂਦਾ ਹੈ, ਤੇ ਜਦੋਂ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਤਾਂ ਉਸ ਵੇਲੇ ਫਿਰ ਉਸਨੂੰ ਮਾਨਸਿਕ ਰੋਗ ਹੋ ਜਾਂਦਾ ਹੈ, ਮਨ ਰੋਗੀ ਹੋ ਜਾਂਦਾ।
ਜਿਸ ਦਾ ਮਨ ਰੋਗੀ ਹੋ ਜਾਂਦਾ ਹੈ ਉਸਦੇ ਸਰੀਰ ਤੇ ਇਸਦਾ ਜ਼ਰੂਰ ਅਸਰ ਪੈਂਦਾ। ਚਿੰਤਾ ਕਰਨ ਵਾਲੇ ਨੂੰ ਕਈ ਕਿਸਮ ਦੇ ਰੋਗ ਲੱਗ ਜਾਂਦੇ। ਸੋ ਮਹਾਰਾਜ ਕਹਿੰਦੇ ਕਿ ਜਿਹੜੇ ਗੁਰੂ ਦੀ ਇਹ ਗੱਲ ਸਮਝ ਕੇ ਸਤਸੰਗ ਕਰਦੇ ਹਾਂ ਹਰ ਵੇਲੇ ਹੀ ਧਿਆਉਣ ਲੱਗ ਪਏ। ਜਿਨ੍ਹਾਂ ਨੇ ਆ ਸੰਸਾਰੀ ਮਨੋਰਥਾਂ ਨੂੰ ਮਨ ਵਿੱਚ ਕੱਢ ਲਿਆ ਕਿ ਸੱਚੇ ਪਾਤਸ਼ਾਹ ਮੈਨੂੰ ਤਾਂ ਤੁਸੀਂ ਚਾਹੀਦੀ ਹੈ, ਜੇ ਤੁਸੀਂ ਮਿਲ ਜਾਓ ਤਾਂ ਸਭ ਕੁਛ ਵਿੱਚ ਹੀ ਆ ਗਿਆ। ਹਾਥੀ ਦੀ ਪੈਡ ਵਿੱਚ ਸਾਰੀਆਂ ਪੈਡਾਂ ਜਾਂਦੀਆਂ, ਜੇ ਗੁਰੂ ਮਿਲ ਜਾਵੇ ਤਾਂ ਗੁਰੂ ਦੇ ਨਾਲ ਸਭ ਕੁਛ ਮਿਲ ਗਿਆ। ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਗੁਰੂ ਦੀ ਪ੍ਰਾਪਤੀ ਵਾਸਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਗੁਰੂ ਜਾਂ ਪਰਮੇਸ਼ਰ ਕਹਿ ਲਓ ਇੱਕੋ ਗੱਲ, ਉਹ ਨਾਮ ਧਿਆਉਂਦਿਆਂ ਧਿਆਉਂਦਿਆਂ ਮੁਕਤ ਹੋ ਗਿਆ। ਕੇਵਲ ਰੁਕਾਂ ਤੋਂ ਹੀ ਨਹੀਂ, ਵਿਕਾਰਾਂ ਤੋਂ ਅਤੇ ਉਹਨਾਂ ਦਾ ਜਨਮ ਮਰਨ ਵੀ ਉਹਨਾਂ ਦਾ ਜੰਮਣਾ ਮਰਨਾ ਵੀ ਇੱਕ ਦੁੱਖ ਹੈ, ਇਸ ਦੁੱਖ ਤੋਂ ਵੀ ਮੁਕਤ ਹੋ ਗਿਆ। ਤਿੰਨ ਪਵਿੱਤਰ ਪਰਮ ਪਦ ਹੈ, ਉਹਨਾਂ ਨੂੰ ਬਹੁਤ ਹੀ ਪਵਿੱਤਰ ਪਰਮ ਪਦਵੀ ਮਿਲੀ ਸੰਸਾਰ ਵਿੱਚ। ਦੇਖੋ ਕਿਸੇ ਦਾ ਦੁੱਖ ਦੂਰ ਹੋ ਜਾਵੇ, ਕਿਸੇ ਦਾ ਕਾਰਜ ਸਿੱਧ ਹੋ ਜਾਵੇ ਗੁਰੂ ਗੁਰੂ ਕਰਦਿਆਂ ਕਰਦਿਆਂ, ਤਾਂ ਇੱਕ ਉਹਨੂੰ ਪਤਾ ਹੈ ਜਾਂ ਉਸਦੇ ਘਰਦਿਆਂ ਨੂੰ ਪਤਾ ਹੈ, ਕਿਸੇ ਹੋਰ ਨੂੰ ਜਾਂ ਦੱਸੇਗਾ ਤਾਂ ਹੀ ਪਾਲਣ ਕਰਨ। ਪਰ ਜਿਹੜੇ ਜਪਦੇ ਰਹੇ ਦੇਖੋ ਜਿੱਥੇ ਆਪਾਂ ਵੇਖੇ ਹੋਏ ਹਾਂ, ਇਹ ਜਪਦੇ ਰਹੇ, ਇਹਨਾਂ ਦਾ ਮਨੋਰਥ ਕੀ ਸੀ ਕਿ ਅਸੀਂ ਗੁਰੂ ਪਰਮੇਸ਼ਰ ਨੂੰ ਪਾਉਣਾ ਹੈ, ਇਹਨਾਂ ਦਾ ਮਨੋਰਥ ਇਹ ਸੀ। ਇਸ ਭਾਵਨਾ ਨਾਲ ਜਪਦੇ ਰਹੇ, ਦੇਖ ਲਓ ਕਿੰਨੀ ਚੀਜ਼ਾਂ ਦੀ ਪ੍ਰਾਪਤ ਕਰ ਰਹੇ। ਰਾਜੇ ਮਹਾਰਾਜੇ ਇਸ ਦਰ ਦੇ ਉੱਤੇ ਨੰਗੇ ਪੈਰੀ ਚੱਲ ਕੇ ਆਉਂਦੇ ਰਹੇ, ਜਿਨ੍ਹਾਂ ਦੇ ਕੋਲ ਲੋਕ ਜਿਨ੍ਹਾਂ ਰਾਜਿਆਂ ਮਹਾਰਾਜਿਆਂ ਦਾ ਕੋਲ ਸਾਹਮਣੇ ਜਾਣ ਤੋਂ ਲੋਕੀ ਡਰਦੇ ਸਨ, ਉਹ ਇਸ ਦਰ ਦੇ ਉੱਤੇ ਆ ਕੇ ਨੱਕ ਕਸਾਉਂਦੇ ਰਹੇ। ਇਹ ਹੈ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨ ਕੇ ਲਗਾਤਾਰ ਨਿਸ਼ਕਾਮ ਭਾਵਨਾ ਦੇ ਨਾਲ ਕੋਈ ਮਨੋਰਥ ਨਹੀਂ ਰੱਖਿਆ। ਜੇ ਮਨੋਰਥ ਰੱਖ ਕੇ ਧਿਆਵੇਗਾ ਤਾਂ ਉਸਨੂੰ ਉਹਦਾ ਉਹ ਮਨੋਰਥ ਪ੍ਰਾਪਤ ਹੋਏਗਾ। ਜੇ ਮਨੋਰਥ ਨਹੀਂ ਹੈ, ਕੇਵਲ ਗੁਰੂ ਨੂੰ ਪਾਉਣਾ ਹੈ, ਫਿਰ ਉਸਨੂੰ ਆਹ ਸਾਰਾ ਕੁਝ ਮਿਲਿਆ, ਉਸਨੂੰ ਉੱਚੀ ਪਦਵੀ ਪ੍ਰਾਪਤ ਨਹੀਂ, ਉਸਨੂੰ ਸੰਸਾਰ ਵਿੱਚ ਮਾਣ ਸੰਸਕਾਰ ਮਿਲਿਆ। ਕੇਵਲ ਇੱਥੇ ਹੀ ਨਹੀਂ, ਉਸਦੇ ਸਰੀਰ ਤਿਆਗਣ ਤੋਂ ਬਾਅਦ ਵੀ ਲੋਕ ਉਸਨੂੰ ਯਾਦ ਕਰਦੇ ਜਿਵੇਂ ਆਪਾਂ ਹੁਣ ਕਰ ਰਹੇ। ਮੇਰੇ ਰਾਮ ਹਰਜਨ ਅਰੂਪ ਹੈ, ਹੇ ਮੇਰੇ ਵਾਹਿਗੁਰੂ, ਜਿਹੜੇ ਤੇਰੇ ਜਨ ਜਨ ਕੌਣ ਦੇ ਦਾਸ, ਜਿਨ੍ਹਾਂ ਨੇ ਦਾਸ ਕੀ ਹੋਣ ਦਾ ਸਮਰਪਣ ਕਰਨਾ। ਦਾਸ ਮਾਲਕ ਦੇ ਅੱਗੇ ਬੋਲਦਾ ਨਹੀਂ ਹੈ, ਜੋ ਉਹਨੇ ਕਹਿਤਾ ਉਸਨੂੰ ਸਤ ਕਰਕੇ ਸਤ ਵਜਨ ਕਹਿ ਕੇ ਮੰਨਣਾ। ਜਿਹੜਾ ਦਾਸ ਹੋ ਕੇ ਸਲਾਮ ਜਵਾਬ ਕਰਦਾ ਹੈ ਉਹ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ, ਕਦੇ ਵੀ ਨਹੀਂ ਲੈ ਸਕਦਾ। ਤੇ ਜਿਹਨੇ ਸਤ ਸਤ ਕਰਕੇ ਮੰਨ ਲਈ ਗੱਲ, ਬਸ ਸਵਾਲ ਕੀਤਾ ਹੈ, ਮਾਲਕ ਨੇ ਸਵਾਲ ਕੀਤਾ ਹੈ, ਦਾਸ ਦਾ ਜਨ ਦਾਸ ਦਾਸ ਜਨ ਸੇਵਕ ਇਹ ਸਾਰੇ ਇੱਕ ਹੀ ਅਰਥ ਹੈ ਇਹਨਾਂ ਸਾਰਿਆਂ ਦਾ। ਉਹਨਾਂ ਦੇ ਉੱਤੇ ਕਿਰਪਾ ਹੋ ਗਈ, ਮਿਹਰ ਦੀ ਦ੍ਰਿਸ਼ਟੀ ਹੋ ਗਈ। ਕੀ ਮਿਹਰ ਦੀ ਦ੍ਰਿਸ਼ਟੀ ਹੋਈ? ਉਹ ਰੋਗਾਂ ਤੋਂ ਮੁਕਤ ਹੋ ਗਏ, ਹਰ ਜਨ ਅਰੋਗ ਪਏ। ਗੁਰਬਚਨੀ ਜਿਹਨਾਂ ਜਪਿਆ ਮੇਰਾ ਹਰ ਹਰ ਦਿਨ ਕੇ ਹਉਮੈ ਰੋਗ ਗਏ ਰਾਮ। ਇਸ ਤੋਂ ਵੀ ਉੱਪਰ ਹਉਮੈ ਦੀ ਗੱਲ, ਹਉਮੈ ਨੂੰ ਦੀਰਘ ਰੋਗ ਗਿਆ ਹੈ। ਦੀਰਘ ਰੋਗ ਜੇ ਪੁਸ਼ਟ ਦਾ ਇਲਾਜ ਨਹੀਂ ਹੈ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਰੋਗ ਸਨ ਜਿਹਨਾਂ ਦਾ ਇਲਾਜ ਨਹੀਂ ਸੀ। ਸੋ ਅੱਜ ਇਹ ਦੀਰਘ ਰੋਗ ਹਉਮੈ ਵੀ ਇਸ ਤਰ੍ਹਾਂ ਦਾ ਰੋਗ ਹੈ, ਇਸਦਾ ਕੋਈ ਸੰਸਾਰ ਦੇ ਵਿੱਚ ਕੋਈ ਇਸਦਾ ਇਲਾਜ ਨਹੀਂ ਹੈ, ਕੋਈ ਦਵਾਈ ਨਹੀਂ ਹੈ, ਜਿਹੜਾ ਕੋਈ ਓਪਰੇਸ਼ਨ ਨਹੀਂ ਹੈ ਕਿ ਜਿਹਨਾਂ ਇਨਸਾਨ ਦੀ ਅੰਦਰ ਹਉਮੈ ਨਿਕਲ ਜਾਵੇ। ਮੈਡੀਕਲ ਸਾਇੰਸ ਦੇ ਵਿੱਚ ਇਸਦਾ ਕੋਈ ਇਲਾਜ ਨਹੀਂ ਹੈ, ਆਤਮਿਕ ਸਾਇੰਸ ਵਿੱਚ ਇਸਦਾ ਇਲਾਜ ਹੈ। ਆਤਮਿਕ ਸਾਇੰਸ ਕੀ ਹੈ?
ਰੱਬ ਦੀ ਸੈਂਸ ਇਸ ਦੇ ਜਿਸ ਦਾ ਇਲਾਜ ਹੈ। ਮਹਾਰਾਜ ਕਹਿੰਦੇ ਕਿ ਹਰੀ ਦੇ ਜਨ ਅਰੋਗ ਹੋ ਗਏ ਕਿਹੜੇ, ਜਿਨ੍ਹਾਂ ਨੇ ਗੁਰੂ ਦੇ ਵਚਨਾਂ ਦੇ ਅਨੁਸਾਰ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਾਰਾ, ਜਿਨ੍ਹਾਂ ਨੇ ਗੁਰੂ ਦੇ ਵਚਨਾਂ ਅਨੁਸਾਰ। ਦੇਖੋ ਇੱਕ ਹੈ ਆਪਣੀ ਮਨ, ਸਾਡੇ ਮਨ ਚ ਆਇਆ ਇੱਧਰ ਉੱਧਰ ਸੁਣਿਆ ਲੱਗ ਪਏ, ਇੱਕ ਹੈ ਅਨਮਨ, ਦੂਜੇ ਨੂੰ ਵੇਖਿਆ ਉਹਨੇ ਉਹਨੂੰ ਪੁੱਛਿਆ, ਉਹਨੇ ਕਹਿਤਾ ਲੈ ਵੀ ਆਹ ਸ਼ਬਦ ਜਪਿਆ ਕਰ ਤੇਰਾ ਇਹਨਾਂ ਭਲਾ ਹੋ ਜਾਏ, ਜਿੱਦਾਂ ਆਮ ਲੋਕ ਤੁਰੇ ਫਿਰਦੇ ਥਾਂ ਥਾਂ ਦੇ ਉੱਤੇ, ਬਾਬਾ ਜੀ ਸਾਨੂੰ ਕੋਈ ਸ਼ਬਦ ਦੇ ਦੇ ਸਾਡਾ ਭਲਾ ਹੋ ਜਾਏ, ਬਾਬਿਆਂ ਨੇ ਵੀ ਆਪਣੀ ਦੁਕਾਨ ਚਲਾਉਣੀ ਹੋਵੇ ਦੇ ਦਿੰਦੇ ਸ਼ਬਦ, ਕਹਿਦਾ ਲੈ ਵੀ ਇਹਦਾ ਪਾਠ ਕਰੀਏ। ਇਹ ਕੰਮ ਬਹੁਤ ਸੰਸਾਰ ਵਿੱਚ ਚੱਲ ਰਿਹਾ, ਹਰ ਥਾਂ ਦੇ ਉੱਤੇ ਚੱਲ ਰਿਹਾ। ਸੋ ਗੁਰਸਿੱਖ ਵਾਸਤੇ ਕੀ ਹਦਾਇਤ ਹੈ ਕਿ ਤੈਨੂੰ ਗੁਰੂ ਮਹਾਰਾਜ ਕੀ ਕਹਿ ਰਹੇ ਨੇ, ਇਹ ਵੇਖ ਕੇ ਤੈਨੂੰ ਗੁਰੂ ਮਹਾਰਾਜ ਕੀ ਕਹਿ ਰਹੇ। ਉਹ ਕਿਸੇ ਇਨਸਾਨ ਦੀ ਮਤ ਹੈ, ਉਸਦੇ ਨਾਲ ਉਹ ਪ੍ਰਾਪਤੀ ਨਹੀਂ ਹੋਣੀ ਜਿਹੜੀ ਮਹਾਰਾਜ ਨੇ ਕਿਹਾ ਪਵਿੱਤਰ ਪਰਮ ਪਦ ਪਾਇਆ ਹੋਇਆ, ਉਹਦੇ ਨਾਲ ਤੇਰਾ ਕਾਰਜ ਤਾਂ ਸਿੱਧ ਹੋ ਜਾਏਗਾ, ਕੋਈ ਤੇਰੀ ਬਿਮਾਰੀ ਤਾਂ ਕੋਈ ਹਟ ਜਾਏਗੀ ਉਸ ਵਚਨ ਨੂੰ ਮੰਨਣ ਦੇ ਨਾਲ, ਪਰ ਆਹ ਅਵਸਥਾ ਨਹੀਂ ਤੈਨੂੰ ਕਦੀ ਮਿਲ ਸਕਦੀ। ਪਰ ਜਿਨ੍ਹਾਂ ਨੇ, ਕਿਉਂਕਿ ਹਉਮੈ ਜਿਹੜਾ ਹੈ ਦੀਰ ਰੋਗ ਇਸ ਕਰਕੇ ਹੈ ਕਿ ਇਹ ਇਨਸਾਨ ਦੇ ਆਉਣ ਜਾਣ ਦਾ ਮੁੱਖ ਕਾਰਨ ਹੀ ਹੈ ਸੰਸਾਰ ਵਿੱਚ, ਹਉਮੈ 'ਚ ਜੰਮਿਆ, ਹਉਮੈ 'ਚ ਮੁਆ ਜੰਮਦਾ ਹੈ, ਹਉ ਦੇ ਅਧੀਨ, ਹਉ ਦੇ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ, ਮੈਂ ਕਰਦਾ ਅਖੀਰ ਚੱਲ ਜਾਂਦਾ ਹੈ, ਮੇਰਾ ਘਰ, ਮੇਰਾ ਪਰਿਵਾਰ, ਮੇਰੇ ਰਿਸ਼ਤੇਦਾਰ, ਮੇਰਾ ਉਹ ਹੈ, ਸੁੱਤੀ ਇੱਥੇ ਰਹਿ ਗਈ, ਫਿਰ ਆ ਗਿਆ, ਫਿਰ ਸਾਰੀ ਉਮਰ ਇਸੇ ਤਰ੍ਹਾਂ ਲੰਘ ਗਈ, ਫਿਰ ਮੁੜ ਕੇ ਇਹੀ ਕੰਮ ਚੱਲੀ ਜਾਂਦਾ। ਇਹ ਸੰਸਾਰ ਦੀ ਉਪਜ ਦਾ ਮੁੱਖ ਕਾਰਨ ਹੀ ਮਹਾਰਾਜ ਨੇ ਇਹ ਦੱਸਿਆ। ਇਹ ਹਉ ਕਿੱਥੋਂ ਆ ਗਈ, ਮਹਾਰਾਜ ਨੇ ਇਹ ਵੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਕਿਉਂ, ਕਿਉਂਕਿ ਜਗਤ ਨੂੰ ਇੱਕ ਇਹ ਤਮਾਸ਼ਾ ਬਣਾ ਕੇ ਨਾ ਮਹਾਰਾਜ ਨੇ, ਅਕਾਲ ਪੁਰਖ ਨੇ ਇਸ ਤਮਾਸ਼ੇ ਨੂੰ ਵੇਖ ਲਿਆ, ਇਹਨੂੰ ਆਪ ਸਾਜ ਕੇ ਸਾਰਾ ਕੁਝ ਇਸ ਦੇ ਵਿੱਚ ਪਾ ਕੇ ਫਿਰ ਇਸ ਨੂੰ ਵੇਖ ਵੀ ਲਿਆ, ਵੇਖ ਖੁਸ਼ ਹੋ ਰਿਹਾ। ਜੇ ਬੱਚੇ ਜਿਹੜੇ ਹਨ ਛੋਟੇ ਛੋਟੇ, ਉਹ ਕੋਈ ਚੀਜ਼ ਬਣਾ ਲੈਂਦੇ ਹਨ, ਫਿਰ ਕੋਈ ਲੱਤ ਮਾਰ ਕੇ, ਕੋਈ ਕੁਛ ਮਾਰ ਕੇ ਉਹ ਉਹਨੂੰ ਤੋੜ ਦਿੰਦੇ ਹਨ, ਢਾ ਦਿੰਦੇ ਹਨ, ਅਤੇ ਮੁੜ ਕੇ ਹੱਸਦੇ ਹਨ ਜੋਰ ਜੋਰ। ਏਦਾਂ ਵਾਹਿਗੁਰੂ ਪਰਮੇਸ਼ਰ ਇਹ ਰਚਨਾ ਰਚ ਕੇ, ਬੱਚਿਆਂ ਨਾਲ ਤੁਲਨਾ ਤਾਂ ਨਹੀਂ ਦਿੱਤੀ ਜਾ ਸਕਦੀ, ਲੇਕਿਨ ਸਮਝਣ ਵਾਸਤੇ ਉਹ ਵਾਹਿਗੁਰੂ ਇੰਝ ਇਹ ਸਾਰੀ ਖੇਡ ਜਿਹੜੀ ਚੱਲ ਰਹੀ ਹੈ ਉਹ ਵੇਖ ਕੇ ਖੁਸ਼ ਹੋ ਰਿਹਾ। ਸੋ ਜਿਨ੍ਹਾਂ ਨੇ ਗੁਰੂ ਦੇ ਵਚਨਾਂ ਅਨੁਸਾਰ ਚੱਲਦਿਆਂ ਹੋਇਆਂ ਪਰਮੇਸ਼ਵਰ ਨੂੰ ਜਪਿਆ, ਉਹਨਾਂ ਦਾ ਹਉਮੈ ਦਾ ਵੱਡਾ ਰੋਗ ਜਿਹੜਾ ਹੈ ਇਸ ਤੋਂ ਮੁਕਤ ਹੋ ਗਿਆ। ਵਾਹਿਗੁਰੂ ਦਾਸ ਜੀ ਨੇ ਸਪਸ਼ਟ ਕੀਤਾ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਹੋਈ। ਗੁਰਬਾਣੀ 'ਚ ਨਹੀਂ ਲਿਖਿਆ ਕਿਤੇ ਵੀ ਕਿ ਤੁਸੀਂ ਵਾਹਿਗੁਰੂ ਜੀ ਹੋ, ਕਿਤੇ ਨਹੀਂ ਲਿਖਿਆ, ਇਹ ਕਿਹਾ ਨਾਮ ਜਪੋ, ਇਹ ਕਿਹਾ ਰਾਮ ਜਪੋ, ਇਹ ਕਿਹਾ ਗੋਪਾਲ ਜਪੋ, ਇਹ ਕਿਹਾ ਨਾਰਾਇਣ ਜਪੋ, ਕਈ ਨਾਂ, ਬਹੁਤ ਨਾਂ ਆ ਗਏ, ਜਿੰਨੇ ਪ੍ਰਚਾਰ ਸਾਰੇ ਨਾਂ ਆ ਗਏ। ਇਹ ਵੀ ਕਿਹਾ ਹੈ ਜੇ ਪੰਜ ਪਿਆਰੇ ਸਾਨੂੰ ਕਹਿੰਦੇ ਹਨ ਕਿ ਵਾਹਿਗੁਰੂ ਜਪਣਾ ਹੈ ਭਾਈ ਦੱਸਿਆ, ਇਹ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਉਹਦਾ ਕਾਰਨ ਕੀ ਹੈ ਕਿ ਇਹ ਕੇਵਲ ਸਿੱਖ, ਉਹ ਤਾਂ ਸਾਡੇ ਵਾਸਤੇ ਗੁਰਮੰਤਰ ਹੈ, ਖਾਲਸੇ ਪੰਥ ਵਾਸਤੇ ਗੁਰਮੰਤਰ ਹੈ, ਪੰਜ ਪਿਆਰੇ ਖਾਲਸੇ ਪੰਥ ਦੇ ਜਿਹੜਾ ਸ਼ਾਮਿਲ ਹੋਇਆ ਪੰਥ ਵਿੱਚ ਉਸਦੇ ਮਾਲਕ ਹਨ, ਉਹ ਗੁਰੂ ਦੇ ਰੂਪ ਵਿੱਚ ਉਹਨਾਂ ਨੂੰ ਦੀਕਸ਼ਾ ਦਿੱਤੀ ਹੈ, ਪਰ ਦੂਜੇ ਇੱਕ ਪਾਸੇ ਖਾਲਸਾ ਪੰਥ, ਦੂਜੇ ਸਮੁੱਚੀ ਮਨੁੱਖਤਾ ਹੈ, ਸਮੁੱਚੀ ਮਨੁੱਖਤਾ, ਸਮੁੱਚੀ ਮਨੁੱਖਤਾ ਦਾ ਰਹਿਬਰ ਹੈ, ਸਮੁੱਚੀ ਮਨੁੱਖਤਾ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਸਮੁੱਚੀ ਮਨੁੱਖਤਾ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਈਸਾਈ ਹੈ, ਚਾਹੇ ਜਯੋਤੀ ਹੈ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਕੋਈ ਵੀ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਹਰ ਇੱਕ ਲੈ ਸਕਦਾ ਹੈ, ਅਸੀਂ ਰੋਕ ਨਹੀਂ ਸਕਦੇ।
ਸਭ ਸਾਂਝਾ ਗੁਰੂ ਮਹਾਰਾਜ ਨੇ ਬਣਾਤਾ ਸੀ। ਕੋਈ ਵੀ ਆਵੇ ਖੱਤਰੀ ਬ੍ਰਾਹਮਣ ਸ਼ੂਦਰ ਚਾਰ ਵਰਨਾਂ ਦੀ ਗੱਲ ਸੀ ਸਾਡੇ ਦੇਸ਼ ਦੇ ਵਿੱਚ, ਇਹ ਧਰਮਾਂ ਦਾ ਰੌਲਾ ਨਹੀਂ ਸੀ ਉਹਦੇ ਨਾਲ, ਸਿਰਫ ਮੁਸਲਮਾਨ ਤੇ ਹਿੰਦੂ ਦਾ ਹੀ ਰੌਲਾ ਸੀ, ਬਾਕੀ ਕੋਈ ਹੋਰ ਇਹੋ ਜਿਹਾ ਨਹੀਂ ਸੀ। ਹੁਣ ਤਾਂ ਬਹੁਤ ਜ਼ਿਆਦਾ ਰੌਲਾ ਪੈ ਗਿਆ। ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਇਸ ਭਾਵਨਾ ਦੇ ਨਾਲ ਗੁਰਮੰਤਰ ਦਾ ਜਾਪ ਕੀਤਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਾ, ਵਾਹਿਗੁਰੂ ਗੁਰਮੰਤਰ ਜਪਦਿਆਂ ਜਪਦਿਆਂ ਉਹਨਾਂ ਦੀ ਮੈਂ ਮਿਲ ਗਈ, ਉੱਥੇ ਕੇਵਲ ਵਾਹਿਗੁਰੂ ਰਹਿ ਗਿਆ, ਤੂੰ ਤੂੰ ਕਰਤਾ ਤੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਹੀ ਬਣ ਗਿਆ। ਉਹ ਜਦੋਂ ਵਾਹਿਗੁਰੂ ਹੀ ਬਣ ਗਿਆ ਉੱਥੇ ਮੈਂ ਨਹੀਂ ਰਹਿ ਗਈ, ਖਤਮ। ਜਿਹੜਾ ਜਿਹਨੂੰ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਨਾਲ ਸਾਧ ਪ੍ਰਭ ਭੇਜਣਾ ਪਏ, ਸੰਤ ਅਨੰਤ ਹੈ ਅੰਤਰ ਨਹੀਂ, ਸੰਤ ਤੇ ਅਨੰਤ ਵਿੱਚ ਕੋਈ ਅੰਤਰ ਨਹੀਂ ਹੈ, ਭੇਜਣੇ ਹੈ ਉਹ ਬਣ ਗਿਆ, ਇਹਦਾ ਮਤਲਬ ਰੱਬ ਦਾ ਹੀ ਰੂਪ ਬਣ ਗਿਆ। ਬ੍ਰਹਮਾ ਵਿਸ਼ਨ ਮਹਾਂਦੇਵ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸਹਿ ਨ ਚਿਤਹਿ ਵਪੜੇ, ਹਰ ਗੁਰੂ ਸੋਝੀ ਪਾਏ। ਹੁਣ ਮਹਾਰਾਜ ਨੇ ਇਹ ਤਿੰਨ ਦੇਵਤਿਆਂ ਦਾ ਜ਼ਿਕਰ ਕੀਤਾ ਹੈ ਜਿਹੜਾ ਸਾਡੇ ਦੇਸ਼ ਵਿੱਚ ਪ੍ਰਚਲਿਤ ਸੀਗਾ, ਇਹ ਪੁਰਾਣਿਕ ਸਾਖੀਆਂ ਇਹਨਾਂ ਦੇ ਬਾਰੇ ਆਈਆਂ ਹਨ, ਬ੍ਰਹਮਾ ਵਿਸ਼ਨੂੰ ਅਤੇ ਮਹਾਂਦੇਵ ਸ਼ਿਵ ਜੀ ਜਿਸ ਨੂੰ ਕਹਿੰਦੇ ਹਨ। ਇਹ ਤਿੰਨਾਂ ਦੀ ਮਾਨਤਾ ਸਾਡੇ ਦੇਸ਼ ਵਿੱਚ ਉਸ ਵੇਲੇ ਵੀ ਸੀ ਅਤੇ ਹੁਣ ਵੀ ਹੈ। ਇਸ ਤੋਂ ਪਹਿਲਾਂ ਹੋਰਾਂ ਦੀ ਬੜੀ ਹੈ, ਦੇਵੀਆਂ ਦੀ ਬੜੀਆਂ ਦੇਵੀਆਂ ਹਨ, ਔਰ ਪਤਾ ਨਹੀਂ ਕਿੰਨੇ ਸੂਰਜ ਵੀ ਦੇਵਤਾ ਮੰਨ ਲਿਆ ਹੈ, ਇਸੇ ਤਰ੍ਹਾਂ ਹੀ ਹਵਾ ਨੂੰ ਵੀ ਦੇਵਤਾ ਮੰਨ ਲਿਆ ਹੈ, ਅੱਗ ਨੂੰ ਵੀ ਦੇਵਤਾ ਮੰਨ ਲਿਆ, ਹਰ ਚੀਜ਼ ਨੂੰ ਹੀ ਦੇਵਤਾ ਮੰਨ ਲਿਆ, ਉਹਦੀ ਪੂਜਾ ਹੋਣ ਲੱਗ ਪਈ ਹੈ। ਸੋ ਮਹਾਰਾਜ ਕਹਿੰਦੇ ਕਿ ਇਹ ਬ੍ਰਹਮਾ ਵਿਸ਼ਨੂੰ ਮਹਾਂਦੇਵ ਜੀ ਇਹ ਤਿੰਨੇ ਹੀ ਤ੍ਰੈਗੁਣ ਰੋਗੀ ਸੀ, ਇਹਦੇ ਰੋਜ਼ ਜਿਹਨਾਂ ਦੀ ਹੁਣ ਪੂਜਾ ਹੋ ਰਹੀ ਹੈ, ਲੋਕ ਮੰਦਰ ਬਣਾ ਕੇ ਪੂਜਦੇ ਹਨ, ਇਹ ਤਾਂ ਆਪ ਦੇ ਨਾਲ ਗੁਣਾਂ ਦੇ ਰੋਗੀ ਸੀ। ਭਾਵ ਇਹਨਾਂ ਦੇ ਉੱਤੇ ਮਾਇਆ ਦਾ ਪ੍ਰਭਾਵ ਸੀ, ਮਾਇਆ ਦੇ ਤਿੰਨ ਗੁਣ ਹਨ, ਕਲਪਨਾ ਕੀਤੀ ਸੀ, ਇਹ ਤਾਂ ਆਪ ਹੀ ਤਿੰਨਾਂ ਗੁਣਾਂ ਦੇ ਰੋਗੀ ਸੀ, ਅਤੇ ਜਿਹੜਾ ਤਿੰਨਾਂ ਗੁਣਾਂ ਦਾ ਰੋਗੀ ਹੈ ਜੇ ਉਸਨੂੰ ਜਪ ਹੋਵੇ, ਜੈਸਾ ਸੇਵੇ ਤੈਸਾ ਹੋਵੇ, ਤਿੰਨਾਂ ਗੁਣਾਂ ਦੇ ਰੋਗੀ ਰਹਿ ਜਾਵੇ, ਪਤਾ ਨਹੀਂ ਹੋਏਗਾ, ਕੋਈ ਫਾਇਦਾ ਨਹੀਂ ਹੋਏਗਾ। ਪਰ ਅਗਿਆਨਤਾ ਵਸ ਲੋਕ ਉਹ ਕੁਛ ਕਰੀ ਜਾਂਦੇ ਹਨ ਜਿਹਦਾ ਕੋਈ ਫਾਇਦਾ ਨਹੀਂ ਹੈ। ਸੋ ਮਾਰਗ ਇਹ ਬ੍ਰਹਮਾ ਕੌਣ ਹੈ, ਇਹਨਾਂ ਵਿੱਚ ਜਿਹੜਾ ਵਿਸ਼ਨ ਹੈ ਨਾ, ਵਿਸ਼ਨੂੰ ਜਿਸਨੂੰ ਕਹਿੰਦੇ ਹਨ, ਵਿਸ਼ਨੂੰ ਜੀ ਜਿਹੜੇ ਹਨ ਇਹ ਮਹੱਤਵਪੂਰਨ ਹੈ, ਇਹਨਾਂ ਦੀ ਪੂਜਾ ਹੁੰਦੀ ਹੈ, ਇਹਨਾਂ ਦੇ 24 ਅਵਤਾਰ ਹਨ, ਰਾਮਚੰਦਰ ਜੀ ਕ੍ਰਿਸ਼ਨ ਜੀ ਇਹਨਾਂ ਦੇ ਵਿਸ਼ਨੂੰ ਜੀ ਦੇ ਅਵਤਾਰ ਮੰਨੇ ਜਾਂਦੇ ਹਨ। ਇਹ ਸਮੇਂ ਸਮੇਂ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਲਿਖਿਆ ਹੈ ਕਿ ਜਦੋਂ ਧਰਮ ਦੀ ਗੁਲਾਮੀ ਹੁੰਦੀ ਹੈ ਸੰਸਾਰ ਦੇ ਵਿੱਚ ਸਭ ਪਾਸੇ ਹੀ ਜਿਹੜਾ ਹੈ ਹਨੇਰਾ ਹੋ ਜਾਂਦਾ ਹੈ ਅਗਿਆਨਤਾ ਦਾ, ਔਰ ਲੋਕ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ, ਲੁੱਟਣਾ ਸ਼ੁਰੂ ਕਰ ਦਿੰਦੇ ਹਨ, ਉਸ ਵੇਲੇ ਮੈਂ ਪ੍ਰਗਟ ਹੁੰਦਾ ਹਾਂ, ਇਹ ਅਵਤਾਰ ਤੋਂ ਪ੍ਰਗਟ ਹੁੰਦਾ ਹੈ ਜਦੋਂ ਸਾਰੇ ਸੰਸਾਰ ਵਿੱਚ ਸਭ ਪਾਸੇ ਹੀ ਅਵਤਾਰ ਪੈ ਜਾਂਦੀ ਹੈ, ਇਹ ਵਿਸ਼ਨੂੰ ਹੈ। ਇਸ ਦਾ ਟਿਕਾਣਾ ਜਿਹੜਾ ਹੈ ਉਹ ਪੁਰਾਣਾਂ ਦੇ ਵਿੱਚ ਦੱਸਿਆ ਹੈ, ਸਮੁੰਦਰ ਦੇ ਵਿੱਚ ਹੈ, ਸ਼ੇਸ਼ਨਾਗ ਹੈ ਜਿਸ ਦੀਆਂ 100 ਬੰਨਾਂ ਹਨ, 100 ਮੁੱਖ 1000 ਵੀ ਕੀਰਤਾਂ ਦੇ ਗਿਆ, ਉਸਦੀ ਜਿਹੜੀ ਸਿਰ ਹੈ ਉਸਦੇ ਉੱਤੇ ਬੈਠੇ ਹੋਏ ਹੈ ਸਮੁੰਦਰ ਦੇ ਵਿੱਚ, ਅਤੇ ਲਕਸ਼ਮੀ ਇਹਨਾਂ ਦੀ ਵਿਸ਼ਨੂੰ ਜੀ ਦੀ ਪਤਨੀ ਹੈ, ਲਕਸ਼ਮੀ ਜਿਹੜੀ ਹੈ ਉਹ ਇਹਨਾਂ ਦੇ ਚਰਨਾਂ ਵਿੱਚ ਬੈਠੀ ਹੋਈ ਹੈ, ਇਹ ਸ਼ਕਲ ਉਹਨਾਂ ਨੇ ਬਣਾਈ ਹੋਈ ਹੈ, ਮਤਲਬ ਮਨ ਦੇ ਵਿੱਚ ਖਿਆਲ ਬਣਾਇਆ ਹੋਇਆ ਹੈ, ਕਲਪਤ ਇੱਕ ਮੂਰਤੀ ਬਣਾ ਲਈ ਵਿਸ਼ਨੂੰ ਜੀ ਦੀ, ਅਤੇ ਉਹ ਜਦੋਂ ਜਾਂ ਉਹਨਾਂ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਹੈ, ਉਹ ਗੜ ਭਗਵਾਨ ਦੀ ਸਵਾਰੀ ਕਰਦੇ ਹਨ, ਗੜ ਭਗਵਾਨ ਇੱਕ ਪੰਛੀ ਹੈ ਜਿਹਨੂੰ ਲੋਕ ਇੱਥੇ ਆਮ ਪੂਜਦੇ ਨੇ, ਹਿੰਦੂ ਲੋਕ ਦੁਸਹਿਰੇ ਵੱਲੋਂ ਵਾਲਦੇ ਨੇ, ਇਸਨੂੰ ਦੱਬਦੇ ਕਰਦੇ ਤੇ ਆ ਕੇ ਸਾਨੂੰ ਦਰਸ਼ਨ ਹੋ ਜਾਣੇ ਸੀ। ਸੋ ਇਹ ਜਿਹੜਾ ਹੈ ਇਹ ਇਸ ਦੀ ਪੂਜਾ ਇੱਥੇ ਬਹੁਤ ਹੋ ਰਹੀ ਹੈ, ਇਸ ਨੂੰ ਰੋਜ਼ੀ ਦਾ ਦਾਤਾ ਮੰਨਿਆ ਗਿਆ,
ਇਹ ਸਾਰਿਆਂ ਨੂੰ ਰਿਜਕ ਕਰਾਉਣ ਵਾਲੀ ਹੈ। ਬ੍ਰਹਮਾ, ਬ੍ਰਹਮਾ ਕੌਣ ਹੈ? ਬ੍ਰਹਮਾ ਦੀ ਉਤਪਤੀ ਕਹਿੰਦੇ ਹਨ ਕਿ ਵਿਸ਼ਨੂੰ ਜੀ ਦੀ ਧੁਨੀ ਦੇ ਵਿੱਚ ਕਮਲ ਸੀ, ਕਮਲ ਦਾ ਫੁੱਲ ਸੀ, ਉਸ ਕਮਲ ਦੇ ਫੁੱਲ ਫੁੱਲ ਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਇਹਦੇ ਚਾਰ ਮੂੰਹ ਦੱਸੇ ਹਨ, ਚਾਰ ਬਾਹਾਂ ਦੱਸੀਆਂ, ਚਾਰੇ ਮੂੰਹਾਂ ਦੇ ਨਾਲ ਇੱਕ ਵੇਦ ਇਸਨੇ ਉਚਾਰਨ ਕੀਤਾ। ਇਹ ਇਹਨਾਂ ਦਾ ਜਿਹੜਾ ਇਤਿਹਾਸ ਹੈ, ਮਿਥਿਹਾਸ ਬਣਾਇਆ ਹੈ, ਉਹ ਇਹ ਜਿਹਨਾਂ ਦੀ ਪੂਜਾ ਹੁੰਦੀ ਹੈ। ਇਹਨਾਂ ਦੀ ਬ੍ਰਹਮਾ ਜੀ ਦੀ ਪੂਜਾ ਬਹੁਤ ਘੱਟ ਹੁੰਦੀ ਹੈ ਅਤੇ ਇੱਕੋ ਹੀ ਇਸਦਾ ਮੰਦਰ ਹੈ ਸਾਰੇ ਇੰਡੀਆ ਦੇ ਵਿੱਚ। ਫੋਟੋ ਹੀ ਉਤਪਤੀ ਦਾ ਦੇਖਦਾ ਇਸ ਮੰਨਦੇ ਹਨ ਕਿ ਸਾਰੀ ਸ੍ਰਿਸ਼ਟੀ ਇਸਨੇ ਸਾਜੀ ਹੈ ਔਰ ਇਸਦੇ ਮੁੱਖ ਦੇ ਉੱਤੋਂ ਬ੍ਰਹਮ ਪੈਦਾ ਹੋਇਆ ਹੈ, ਬਾਹਾਂ ਤੋਂ ਪਛੱਤਰੀ ਪੈਦਾ ਹੋਏ ਹਨ, ਲੱਤਾਂ ਤੋਂ ਵੈਸ਼ ਪੈਦਾ ਹੋਏ ਹਨ, ਪੈਰਾਂ ਤੋਂ ਸ਼ੂਦਰ ਪੈਦਾ ਹੋਏ ਹਨ, ਇਹ ਮੰਨਿਆ ਜਾਂਦਾ ਹੈ। ਇਸ ਦੀ ਵੀ ਪੂਜਾ ਇੱਥੇ ਹੋ ਰਹੀ ਹੈ। ਮਹਾਂਦੇਵ, ਮਹਾਂਦੇਵ ਸ਼ਿਵ ਜੀ ਨੂੰ ਕਹਿੰਦੇ ਹਨ, ਇਸਦੇ ਕਈ ਨਾਂ ਹਨ, ਨੀਲਕੰਠ ਵੀ ਇਸਦਾ ਨਾਂ ਹੈ, ਹੋਰ ਵੀ ਕਈ ਨਾਂ ਇਸਦੇ ਆਉਂਦੇ ਹਨ ਇਤਿਹਾਸ ਦੇ ਵਿੱਚ। ਇਸ ਦੀ ਉਤਪਤੀ ਦਾ ਵੀ ਬਿਲਕੁਲ ਟਿਕਾਣਾ ਕਮਾਲ ਹੈ। ਇਸ ਦਾ ਟਿਕਾਣਾ ਦੱਸਿਆ ਹੈ ਇਹ ਵਿਸ਼ਨੂੰ ਜੀ ਦੇ ਮੱਥੇ ਨੂੰ ਪ੍ਰਗਟ ਹੋਇਆ ਹੈ। ਇਨਸਾਨ ਹੀ ਸਨ, ਹੈ ਇਨਸਾਨ ਹੀ ਸਨ ਇੱਥੇ, ਲੇਕਿਨ ਇਹਨਾਂ ਦਾ ਦੇਖੋ ਇਤਿਹਾਸ ਮਿਥਿਹਾਸ ਕਿਸ ਤਰ੍ਹਾਂ ਬਣਾਇਆ ਹੋਇਆ। ਸੋ ਕਹਿੰਦੇ ਕਿ ਇਹ ਮਹਾਂਦੇਵ ਜੀ ਜਿਹੜੇ ਹਨ, ਇਹ ਜਦੋਂ ਦੇਵਤਿਆਂ ਦੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ, ਉਸ ਵੇਲੇ ਉਹਨਾਂ ਜਿਹੜੇ 14 ਰਤਨ ਨੇ ਜਿਹੜੇ ਉੱਥੇ ਰਿਖਿਆ ਹੈ ਸੀ, ਉਹ ਵੀ ਰਤਨ ਸੀ। ਇਹ ਸਾਰਾ ਜ਼ਹਿਰ ਇਹਨਾਂ ਨੇ ਪੀ ਲਿਆ ਦੇਵਤਿਆਂ ਨੂੰ ਬਚਾਉਣ ਵਾਸਤੇ, ਅਤੇ ਇਹ ਇਹਨਾਂ ਦਾ ਕੰਠ ਨੀਲਾ ਹੋ ਗਿਆ, ਗਾਲਾ ਸਾਰਾ ਨੀਲਾ, ਇਹਨਾਂ ਨੂੰ ਇਸ ਵੇਲੇ ਨੀਲਕੰਠ ਕਹਿੰਦੇ ਹਨ। ਕਹਿੰਦੇ ਕਿ ਇਹਨਾਂ ਦੇ ਜਟਾਵਾਂ 'ਚ ਗੰਗਾ ਵਗਦੀ ਹੈ। ਤੁਸੀਂ ਦੇਖੋ ਇਹਨਾਂ ਦੀ ਫੋਟੋ ਵੇਖੋ, ਇਹ ਗੰਗਾ ਵਗਦੀ ਵਿਖਾਈ ਹੈ। ਮੱਥੇ 'ਤੇ ਇਹਨਾਂ ਦੇ ਚੰਦਰਮਾ ਦਿਖਾਇਆ ਹੁੰਦਾ ਹੈ, ਇਹਨਾਂ ਦੇ ਮੱਥੇ 'ਤੇ ਚੰਦਰਮਾ ਹੈ। ਹੱਥ ਵਿੱਚ ਤਰਸ਼ੂਲ ਹੈ, ਇੱਕ ਹੱਥ ਵਿੱਚ ਤਰਸ਼ੂਲ ਹੈ, ਦੂਜੇ ਹੱਥ ਵਿੱਚ ਗਮਰੂ ਫੜਿਆ ਹੋਇਆ। ਇਹ ਚਿੱਟੇ ਬਲ ਦੀ ਸਵਾਰੀ ਕਰਦੇ ਹਨ। ਇਹ ਤਿੰਨ ਦੇਵਤੇ ਹਨ ਜਿਹਨੂੰ ਹਿੰਦੂ ਲੋਕ ਪੂਜਦੇ ਹਨ। ਮਹਾਰਾਜ ਕੀ ਕਹਿ ਰਹੇ ਗੁਰੂ ਰਾਮਦਾਸ ਜੀ, ਕਹਿੰਦੇ ਤਰੇ ਗੁਣ ਰੋਟੀ ਹੈ। ਇਹ ਤਾਂ ਵਿੱਚ ਹੋਮੇ ਕਾਰਮੇ, ਜੋ ਕੁਛ ਇਹਨਾਂ ਨੇ ਕੀਤਾ ਹੋਮੇ ਦੇ ਲਈ ਕੀਤਾ ਹੈ। ਮੈਂ ਕਰਦੇ ਹੀ ਆਏ, ਸਾਰੀ ਉਮਰ ਇਸੇ ਤਰ੍ਹਾਂ ਹੀ ਰਹੇ, ਇੱਦਾਂ ਹੀ ਚੱਲੇਗਾ। ਬੜੀਆਂ ਅਜੀਬ ਸਾਖੀਆਂ ਹਨ, ਹੁਣ ਇੰਨਾ ਸਮਾਂ ਨਹੀਂ ਸਾਡੇ ਕੋਲ ਇਹਨਾਂ ਦੇਵਤਿਆਂ ਦੇ ਨਾਲ ਜੁੜੀਆਂ ਹੋਈਆਂ, ਜਿਹੜੀਆਂ ਇਨਸਾਨ ਦੀ ਸ਼ਰਧਾ ਵਧਾਉਂਦੀ ਸਨ, ਸਗੋਂ ਸ਼ਰਧਾ ਖਤਮ ਕਰ ਦਿੰਦੀਆਂ। ਜਿਨ ਕੀਏ ਕਿਸੇ ਦਾ ਚੇਤਾ ਹੈ ਬਪੜੇ, ਹਰ ਗੁਰੂ ਕਿਸੋ ਜੀ ਪਾਏ। ਇਹਨਾਂ ਨੂੰ ਸਮਝ ਹੀ ਨਹੀਂ ਆਏ ਕਿ ਸਾਨੂੰ ਕਿਹਨੇ ਪੈਦਾ ਕੀਤਾ ਹੈ। ਬ੍ਰਹਮਾ ਨੂੰ ਹੰਕਾਰ ਹੋ ਗਿਆ, ਕਹਿੰਦਾ ਮੈਂ ਸਾਰੇ ਜਗਤ ਨੂੰ ਰਚਣ ਵਾਲਾ, ਇਹਦੇ ਕਮਲ ਦੇ ਫੁੱਲ ਦੇ ਵਿੱਚੋਂ ਨਿਕਲਿਆ ਹੈ, ਕਮਾਲ ਹੈ। ਕਹਿੰਦੇ ਬੜੀ ਲੰਬੀ ਅਜੀਬ ਸਾਖੀ ਹੈ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਉਹਦਾ ਸਿਰ ਰੱਖ ਦਿੱਤੇ, ਉਹ ਸਾਰਾ ਜ਼ਿਕਰ ਕੀਤਾ ਹੈ। ਇਹਨੇ ਲੱਤ ਮਾਰੀ ਕਮਲ ਦੇ ਫੁੱਲ ਦਿੱਤੇ, ਫੁੱਲ ਦੇ ਵਿੱਚ ਨਾਲੀ ਦੇ ਵਿੱਚ ਚਲ ਗਿਆ, ਫੁੱਲ ਦੀ ਨਾਲੀ ਦੇ ਵਿੱਚ ਛੱਤੀ ਜੋ ਉੱਥੇ ਘੁੰਮਦਾ ਰਿਹਾ। ਇਹ ਇਹਦੇ ਬਾਰੇ ਹੈ। ਹਾਂਜੀ, ਇਹ ਤਾਂ ਤਿੰਨਾਂ ਗੁਣਾਂ ਦੇ ਰੂਪ, ਮਾਇਆ ਦਾ ਇਹਨਾਂ 'ਤੇ ਪ੍ਰਭਾਵ ਹੈ। ਹਉਮੈ ਮਾਇਆ 'ਚੋਂ ਨਿਕਲੇ ਨਹੀਂ, ਹਉਮੈ ਤੋਂ ਮੁਕਤ ਹੋਏ ਨਹੀਂ। ਜਿਸ ਵਾਹਿਗੁਰੂ ਨੇ ਇਹਨਾਂ ਨੂੰ ਪੈਦਾ ਕੀਤਾ ਹੈ, ਉਹਦੇ ਵੱਲ ਕਦੇ ਧਿਆਨ ਹੀ ਨਹੀਂ ਗਿਆ। ਬੱਪੜੇ ਤਾਂ ਗਿਆ ਵਿਚਾਰੇ, ਇਹਨਾਂ ਦਾ ਤਾਂ ਵਿਚਾਰੇ ਦਾ ਆਪਣੇ ਧਿਆਨ ਨਹੀਂ ਗਿਆ, ਉਹ ਬਸ ਦੂਜਿਆਂ ਦਾ ਧਿਆਨ ਕਿੱਥੋਂ ਲੈ ਜਾਣਗੇ ਰੱਬ ਵੱਲ। ਹਰ ਗੁਰਮੁਖ ਸੋਜੀ ਭਾਈ, ਪਰ ਗੁਰਮੁਖ ਨੂੰ ਸੋਜੀ ਬਖਸ਼ ਦਿੱਤੀ ਗੁਰੂ ਨੇ, ਵਾਹਿਗੁਰੂ ਨੇ ਗੁਰੂ ਦੇ ਰਾਹੀਂ ਗੁਰਮੁਖ ਨੂੰ ਸੋਜੀ ਬਖਸ਼ ਦਿੱਤੀ ਕਿ ਇਨਸਾਨ ਜੇ ਤੂੰ ਆਪਣਾ ਹਉਮੈ ਦਾ ਰੋਗ ਦੂਰ ਕਰ ਲੈਂਦੇ, ਇਸ ਤੋਂ ਮੁਕਤ ਹੋ ਜਾਵੇ ਨਾ, ਤਾਂ ਤੂੰ ਅਰੋਗ ਹੈ। ਸਭ ਤੋਂ ਵੱਡੀ ਬਿਮਾਰੀ ਉਹ ਕੀ ਦੱਸਿਆ ਮਹਾਰਾਜ ਨੇ ਫਿਰ? ਉਹ ਦੱਸਿਆ ਹੈ ਇਲਾਜ ਦਾ, ਇਹ ਦੱਸਿਆ ਹੈ ਹਉਮੈ ਦੀਰਘ ਰੋਗ ਹੈ, ਦਾਰੂ ਵੀ ਕਿਰਪਾ ਕਰੇ ਜੀ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨਮ ਇਤ ਸੰਜਮ। ਆਹ ਤਰੀਕਾ ਹੈ ਕਿ ਗੁਰੂ ਦੇ ਸ਼ਬਦ ਦੀ ਕਮਾਈ ਕਰੋ, ਗੁਰੂ ਉਪਦੇਸ਼ ਨੂੰ ਧਿਆਨ ਨਾਲ ਪੜ੍ਹ ਕੇ ਸੁਣ ਕੇ ਮੰਨਣਾ ਸ਼ੁਰੂ ਕਰ ਦਿਓ ਅਤੇ ਅਮਲ ਕਰਨਾ ਸ਼ੁਰੂ ਕਰ ਦਿਓ। ਹਉਮੈ ਤੋਂ ਮੁਕਤ ਹੋ ਜਾਓਗੇ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਪਾ ਰਿਹਾ।
ਜੇ ਸੰਸਾਰ ਵੱਲ ਧਿਆਨ ਮਾਰੀਏ ਹੁਣ ਇੱਥੇ ਹਾਲ ਹੀ ਇਹ ਹੈ ਕਿ ਤਿੰਨ ਦੇਵਤਿਆਂ ਦੀ ਪੂਜਾ ਕਰਨ ਵਾਲੇ ਲੋਕ ਜਿਹੜੇ ਆਪ ਹੀ ਹਉਮੈ ਦੇ ਅਧੀਨ ਹਨ ਅਤੇ ਸਾਰਾ ਜਲ ਦੇਖਿਆ ਨਹੀਂ ਕੀ ਕੁਛ ਹੋਇਆ ਸਾਲ ਨੂੰ ਇਹ ਹਉਮੈ ਇਹਨੂੰ ਕਹਿੰਦੇ ਹਨ ਕਿ ਇਹ ਪੂਜਾ ਇਹਨਾਂ ਦੀ ਕਰਦੇ ਹਨ ਇਸ ਕਰਕੇ ਉਹਨਾਂ ਦਾ ਅਸਰ ਇਹੀ ਹੈ ਔਰ ਕੀ ਕੁਛ ਹੋਇਆ ਕਿੰਨਾ ਭਾਰੀ ਨੁਕਸਾਨ ਹੋਇਆ ਫਿਰ ਅਖੀਰ ਕੀ ਹੋਇਆ ਇਸ ਕਰਕੇ ਜਨਮ ਮਰਨ ਦਾ ਦੁੱਖ ਇਹਨਾਂ ਨੂੰ ਲੱਗਾ ਰਹਿੰਦਾ ਹੈ ਸੰਸਾਰੀ ਲੋਕਾਂ ਨੂੰ ਜਿਹੜੇ ਇਸ ਪਾਸੇ ਇਹ ਨਹੀਂ ਇਸ ਜਨਮ ਮਰਨ ਦੇ ਚੱਕਰ ਜਾਣੇ ਜਾਂਦੇ ਗੁਰਪ੍ਰਸਾਦੀ ਕੋ ਵਿਰਲਾ ਸ਼ੁਕਾ ਹੈ ਤੇ ਜਨ ਕੋ ਹਮ ਲਿਆ ਹੈ ਪਰ ਜਿਹੜਾ ਗੁਰੂ ਸ਼ਬਦ ਦੀ ਕਮਾਈ ਕਰਨ ਲੱਗ ਪਿਆ ਗੁਰੂ ਉਪਦੇਸ਼ ਨੂੰ ਸੁਣ ਕੇ ਪੜ੍ਹ ਕੇ ਮੰਨਣ ਲੱਗ ਪਿਆ ਮਹਾਰਾਜ ਨੇ ਕੀ ਕਿਹਾ ਮੁੱਖ ਗੱਲ ਕੀ ਹੈ ਨਾਮ ਜਪੋ ਮੇਰੇ ਸਾਧਨ ਸਾਹਿਬ ਨਾਮ ਜਪਿਆ ਕਰੋ ਗੁਰੂ ਕੋ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਜੇ ਸੁਖ ਚਾਹੁੰਦੇ ਜੇ ਜ਼ਿੰਦਗੀ ਦੇ ਵਿੱਚ ਤਾਂ ਨਾਮ ਜਪਿਆ ਕਰੋ ਕਾਹਦੀ ਗੱਲ ਮਹਾਰਾਜ ਕੁਛ ਨਹੀਂ ਹੋਰ ਕਰਦੀ ਹੁਣ ਆਹ ਕਰੀ ਜਾਓਗੇ ਨਾਲ ਨੇ ਸੁਖ ਨਹੀਂ ਜਾਣੇ ਸੋ ਕੋਈ ਵਿਰਲਾ ਜਿਹਨੇ ਗੁਰੂ ਦੀ ਗੱਲ ਨੂੰ ਸਮਝਿਆ ਸਾਡੀ ਸਿੱਖਾਂ ਦੀ ਹਾਲਤ ਅਜੇ ਬਹੁਤ ਖਰਾਬ ਹੈ ਇਸ ਗੱਲ ਨੂੰ ਸਮਝਦੇ ਨਹੀਂ ਮਹਾਰਾਜ ਕਹਿੰਦੇ ਉਹਨਾਂ ਤੁਸੀਂ ਪਹਿਲੇ ਹਾਰ ਜਾਂਦੇ ਹਾਂ ਵਾਰੇ ਵਾਰੇ ਜਿਸ ਸਿਸ਼ਟ ਸਾਜੀ ਸੋਈ ਹਰ ਜਾਣਾ ਤਾਂ ਕਰੂ ਅਪਾਰੋ ਨਾਨਕ ਆਪੇ ਵੇਖ ਹਰ ਵਿਸੈ ਗੁਰਮੁਖ ਬ੍ਰਹਮ ਵਿਚਾਰਾ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ ਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਅੰਮ੍ਰਿਤਾ ਜੀ ਕਹਿ ਰਿਹਾ ਨਾ ਇਸ ਖੇਡ ਨੂੰ ਆਪ ਹੀ ਜਾਣਦਾ ਹੈ ਕਿ ਰੱਬ ਜੇ ਚਾਹੁੰਦਾ ਹੈ ਸਾਰੇ ਚੰਗੇ ਬਣ ਜਾਣ ਤਾਂ ਫਿਰ ਲੋਕਾਂ ਦੇ ਅੰਦਰ ਹਉਮੈ ਕਿਉਂ ਪਾਉਂਦਾ ਹੈ ਉਹ ਕਿਉਂ ਪੈਦਾ ਕਰਦਾ ਹੈ ਜੇ ਰੱਬ ਇਹ ਚਾਹੁੰਦਾ ਹੈ ਕਿ ਸਾਰੇ ਅਰੋਗ ਹੋਣ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਤਾਂ ਫਿਰ ਉਹ ਰੋਗ ਲਾਉਂਦਾ ਹੀ ਕਿਉਂ ਹੈ ਇੱਕ ਪੀਰ ਹੈ ਇਹ ਹੁਣ ਇਸ ਖੇਡ ਨੂੰ ਗੁਰਮੁਖ ਸਮਝਦੇ ਹਨ ਹਰ ਕੇ ਨਹੀਂ ਸਮਝਦਾ ਗੁਰੂ ਨੇ ਸਮਝਿਆ ਤੇ ਜਿਹੜੇ ਗੁਰੂ ਦੀ ਮਦਦ ਅਨੁਸਾਰ ਚੱਲ ਪਏ ਉਹਨਾਂ ਨੇ ਇਸ ਖੇਡ ਨੂੰ ਸਮਝਿਆ ਨਾਨਕ ਆਪੇ ਵੇਖ ਹਰ ਵਿਸੈ ਗੁਰਮੁਖ ਬ੍ਰਹਮ ਵਿਚਾਰ ਆਪ ਹੀ ਸਾਰਾ ਕੁਛ ਬਣਾ ਕੇ ਇਸ ਨੂੰ ਵੇਖ ਵੇਖ ਕੇ ਨਾਲ ਵਿਕਸੇ ਹੱਸ ਰਿਹਾ ਖੁਸ਼ ਹੈ ਨਾਨਕ ਵਿਕਸਾ ਬੇਪਰਵਾਹ ਬੇਪਰਵਾਹ ਹੋ ਕੇ ਚਿੰਤਾ ਨਹੀਂ ਕਰਨੀ ਹੈ ਕਿ ਹਾਏ ਸਾਰੀ ਦੁਨੀਆਂ ਨਾਲ ਮਰ ਜਾਵੇ ਦੇਖ ਲਓ ਕਹਿੰਦੇ ਤਾਂ ਇਹੀ ਸੀ ਨਾ ਜੋ ਪਿੱਛੇ 2 ਸਾਲਾਂ 'ਚ ਹੋਇਆ ਵੀ ਹੁਣ ਮੁਸ਼ਕਿਲ ਹੀ ਕੋਈ ਬਚੇਗਾ ਪਰ ਜਿਸ ਦਾ ਸਾਹਿਬ ਡਾਟਾ ਹੋਏ ਇਸ ਨੂੰ ਜੇ ਡਾਟਾ ਸਹਿਬ ਕਿਸੇ ਦੇ ਨਾਲ ਹੈ ਫਿਰ ਨਹੀਂ ਕੋਈ ਬਿਮਾਰੀ ਵੀ ਨਹੀਂ ਮਾਰ ਸਕਦੇ ਸਨ ਕੋਈ ਨਹੀਂ ਮਾਰ ਸਕਦਾ ਗੁਰਮੁਖ ਬ੍ਰਹਮ ਵਿਚਾਰਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਉਹ ਇਸ ਬ੍ਰਹਮ ਵਿਚਾਰ ਨੂੰ ਇਸ ਬ੍ਰਹਮ ਗਿਆਨ ਦੀ ਗੱਲ ਨੂੰ ਹੋਰ ਵਿਚਾਰਦੇ ਆ ਬੜੀ ਵੱਡੀ ਗੱਲ ਹੈ ਬ੍ਰਹਮ ਗਿਆਨ ਦੀ ਗੱਲ ਸਾਰੀ ਆ ਗਈ ਕਿ ਆਹ ਬਚਣ ਦਾ ਤਰੀਕਾ ਹੈ ਬਚਦੇ ਕੌਣ ਹਨ ਫਿਰ ਜੇ ਕੋਈ ਬਚ ਗਿਆ ਇਸ ਗੱਲ ਦਾ ਮਾਣ ਨਾ ਕਰੇ ਕਿਉਂ ਪਤਾ ਨਹੀਂ ਸਿਰੇ ਦੇ ਉੱਤੇ ਜਾ ਕੇ ਵੀ ਕਈ ਵਾਰੀ ਰੱਬ ਥਾਲੇ ਸੁੱਟ ਦਿੰਦਾ ਹੈ ਸਿਰੇ ਤੇ ਜਾ ਸਤਿਗੁਰੂ ਜੀ ਕਿਰਪਾ ਕਰ ਜੋ ਪਾਵਨ ਉਪਦੇਸ਼ ਅੱਜ ਦੇ ਸੁਖਨਾਮੇ ਰਾਹੀਂ ਆਪਾਂ ਸਿੱਖਿਆ ਹੈ ਉਹ ਇਹੀ ਹੈ ਕਿ ਸਿੱਖੋ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਕੇ ਸਮਝ ਕੇ ਮੰਨ ਲਓ ਉਹ ਕੀ ਹੈ ਨਾਮ ਬਸ ਇਹਦੇ ਲੜ ਲੱਗ ਜਾਓ ਨਾਮ ਦੇ ਲੜ ਲੱਗ ਜਾਓ ਤੁਹਾਡਾ ਪਤਾ ਲੱਗ ਗਿਆ ਫੁੱਲਾਂ ਚੁੱਕਣਾ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ